ਅੱਖਾਂ ਮੀਚ ਕੇ ਬਹਾਨਾ ਕਰਾਂ ਸੌਣ ਦਾ ਤੂੰ ਆਣ ਕੇ ਜਗਾਈ ਚੰਨ ਵੇ, ਚਾਰ ਦਿਨਾਂ ਦੀ ਪ੍ਰਾਹੁਣੀ ਹੈ ਜਵਾਨੀ ਤੂੰ ਐਵੇਂ ਨਾ ਗਵਾਈ ਚੰਨ ਵੇ। ਸਤਿ ਸ਼੍ਰੀ ਅਕਾਲ ਦੋਸਤੋ, ਨਵੇਂ ਦਿਨ ਵਿੱਚ ਨਵੀਂ ਵੀਡੀਓ ਨਾਲ ਫੇਰ ਤੋਂ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ, ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਮੂਵੀ ਸਾਡਾ ਯੂਟਿਊਬ ਚੈਨਲ, ਔਰ ਤੁਹਾਡਾ ਸਭ ਦਾ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ ਇਸ ਚੈਨਲ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਇਹੋ ਜਿਹੀ ਪੰਜਾਬੀ ਗਾਇਕਾ ਦੀ, ਜਿਸ ਨੇ ਇੱਕ ਸਮੇਂ 'ਤੇ ਆਪਣੀ ਗਾਇਕੀ ਦੇ ਨਾਲ ਸਭ ਦੇ ਦਿਲਾਂ 'ਤੇ ਰਾਜ ਕੀਤਾ ਹੈ, ਅਤੇ ਅੱਜ ਵੀ ਉਹ ਆਪਣੇ ਚਾਹੁਣ ਵਾਲਿਆਂ ਦੇ ਫੇਵਰੇਟ ਨੇ। ਦੋਸਤੋ, ਮੈਂ ਗੱਲ ਕਰ ਰਿਹਾ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਦੀ, ਅਤੇ ਅੱਜ ਗੱਲ ਕਰਾਂਗੇ ਸਤਵਿੰਦਰ ਬਿੱਟੀ ਜੀ ਦੀ ਫੈਮਿਲੀ, ਉਹਨਾਂ ਦੇ ਸਟਰਗਲ, ਉਹਨਾਂ ਨੇ ਨੈਸ਼ਨਲ ਲੈਵਲ 'ਤੇ ਹੋਕੀ ਖੇਡਣ ਤੋਂ ਬਾਅਦ ਸਿੰਗਿੰਗ ਨੂੰ ਕਿਵੇਂ ਪ੍ਰੋਫੈਸ਼ਨ ਚੁਣਿਆ, ਅਤੇ ਕੁਝ ਹੋਰ ਇੰਟਰਸਟਿੰਗ ਫੈਕਟਸ ਬਾਰੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ, ਜੇ ਤੁਸੀਂ ਅਜੇ ਤੱਕ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰ ਲਵੋ, ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਹੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਪਹਿਲਾਂ ਮਿਲਦੀ ਰਹੇ। ਦੋਸਤੋ, ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਦੇ ਬਾਰੇ ਇਨਫੋਰਮੇਸ਼ਨ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸਤਵਿੰਦਰ ਬਿੱਟੀ ਦਾ ਜਨਮ 29 ਨਵੰਬਰ 1975 ਨੂੰ ਪਿਤਾ ਸਰਦਾਰ ਗੁਰਨੈਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਪਟਿਆਲਾ, ਪੰਜਾਬ ਦੇ ਵਿੱਚ ਹੋਇਆ। ਸਤਵਿੰਦਰ ਬਿੱਟੀ ਦਾ ਅਸਲੀ ਨਾਮ ਸਤਵਿੰਦਰ ਕੌਰ ਖਹਿਰਾ ਹੈ, ਅਤੇ ਬਿੱਟੀ ਉਹਨਾਂ ਦਾ ਘਰ ਦਾ ਛੋਟਾ ਨਾਮ ਹੈ। ਬਿੱਟੀ ਜੀ ਦੇ ਦੋ ਭਰਾ ਵੀ ਨੇ, ਜਿਨ੍ਹਾਂ ਦਾ ਨਾਮ ਹੈ ਹਰਵਿੰਦਰ ਖਹਿਰਾ ਅਤੇ ਅੰਮ੍ਰਿਤ ਖਹਿਰਾ। ਜੇ ਗੱਲ ਕਰੀਏ ਉਹਨਾਂ ਦੀ ਪੜ੍ਹਾਈ ਦੀ, ਤਾਂ ਉਹਨਾਂ ਨੇ ਸਕੂਲਿੰਗ ਪਟਿਆਲਾ ਦੇ ਗਵਰਨਮੈਂਟ ਗਰਲਜ਼ ਹਾਈ ਸਕੂਲ ਤੋਂ ਪੂਰੀ ਕੀਤੀ, ਅਤੇ ਇੱਥੇ ਤੋਂ ਆਪਣੀ ਸਕੂਲਿੰਗ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਸੈਕਟਰ 36 ਦੇ MCM ਕਾਲਜ ਦੇ ਵਿੱਚ BSC ਨੌਨ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ। ਬਿੱਟੀ ਜੀ ਦੇ ਪਰਿਵਾਰ ਦੇ ਵਿੱਚ ਹੀ ਸੰਗੀਤਕ ਮਾਹੌਲ ਸੀ। ਸਤਵਿੰਦਰ ਬਿੱਟੀ ਦੇ ਦਾਦਾ ਜੀ ਅਤੇ ਪਿਤਾ ਜੀ ਨੂੰ ਲਿਖਣ, ਗਾਉਣ ਅਤੇ ਅਲਗੋਜ਼ੇ ਵਜਾਉਣ ਦਾ ਸ਼ੌਂਕ ਸੀ। ਬਿੱਟੀ ਜੀ ਦੇ ਪਿਤਾ ਜੀ PWD ਪਟਿਆਲਾ ਵਿੱਚ ਕੰਮ ਕਰਦੇ ਸੀ, ਪਰ ਉਹਨਾਂ ਨੇ ਕਦੇ ਵੀ ਪ੍ਰੋਫੈਸ਼ਨਲੀ ਨਹੀਂ ਗਾਇਆ। ਪਰਿਵਾਰ ਦੇ ਵਿੱਚ ਇਹੋ ਜਿਹਾ ਮਾਹੌਲ ਹੋਣ ਦੇ ਕਾਰਨ ਹੀ ਬਿੱਟੀ ਜੀ ਦੇ ਅੰਦਰ ਵੀ ਗਾਉਣ ਦਾ ਸ਼ੌਂਕ ਜਾਗਿਆ। ਸਤਵਿੰਦਰ ਬਿੱਟੀ ਨੇ ਗਾਉਣ ਦੀ ਬਾਰੀਕੀਆਂ ਆਪਣੇ ਪਿਤਾ ਜੀ ਤੋਂ ਹੀ ਸਿੱਖੀਆਂ, ਅਤੇ ਪਟਿਆਲਾ ਵਿੱਚ ਹੀ ਗੁਰਦੁਆਰਾ ਸਾਹਿਬ ਵਿੱਚ ਹਰੇਕ ਧਾਰਮਿਕ ਸਮਾਗਮ ਦੇ ਵਿੱਚ ਸਤਵਿੰਦਰ ਬਿੱਟੀ ਧਾਰਮਿਕ ਗੀਤ ਅਤੇ ਸ਼ਬਦ ਗਾਉਂਦੇ ਸੀ। ਤੁਹਾਨੂੰ ਦੱਸ ਦਈਏ ਕਿ ਸਤਵਿੰਦਰ ਬਿੱਟੀ ਨੇ 5 ਸਾਲ ਦੀ ਉਮਰ ਦੇ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਸਕੂਲ ਦੇ ਕੰਪੀਟੀਸ਼ਨਸ ਅਤੇ ਕਾਲਜ ਦੇ ਕੰਪੀਟੀਸ਼ਨਸ ਦੇ ਵਿੱਚ ਵੀ ਹਿੱਸਾ ਲੈਂਦੇ ਰਹੇ ਨੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਤਵਿੰਦਰ ਬਿੱਟੀ ਹੋਕੀ ਦੇ ਵਿੱਚ ਨੈਸ਼ਨਲ ਤੱਕ ਖੇਡ ਚੁੱਕੇ ਨੇ। ਇੱਕ ਇੰਟਰਵਿਊ ਦੌਰਾਨ ਬਿੱਟੀ ਜੀ ਨੇ ਦੱਸਿਆ ਸੀ ਕਿ ਉਹਨਾਂ ਦੇ ਫਾਦਰ ਫਿਜ਼ੀਕਲੀ ਐਕਟੀਵਿਟੀਜ਼ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਸੀ, ਸੋ ਉਹ ਬਿੱਟੀ ਜੀ ਅਤੇ ਉਹਨਾਂ ਦੇ ਭਰਾਵਾਂ ਨੂੰ ਛੋਟੇ ਹੁੰਦਿਆਂ ਤੋਂ ਹੀ ਫਿਜ਼ੀਕਲੀ ਐਕਟਿਵ ਰੱਖਣ ਲਈ ਆਪ ਖਿਡਾਉਣ ਲਈ ਲੈ ਕੇ ਜਾਂਦੇ ਸੀ। ਬਿੱਟੀ ਜੀ ਇੱਕ ਬਹੁਤ ਹੀ ਵਧੀਆ ਹੋਕੀ ਦੇ ਪਲੇਅਰ ਵੀ ਰਹਿ ਚੁੱਕੇ ਨੇ, ਉਹ ਹੋਕੀ ਦੇ ਵਿੱਚ ਗੋਲਡ ਮੈਡਲਿਸਟ ਵੀ ਰਹਿ ਚੁੱਕੇ ਨੇ। ਸਤਵਿੰਦਰ ਬਿੱਟੀ ਦੇ ਹੋਕੀ ਛੱਡਣ ਦੇ ਕਾਰਨ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਸਿਲੈਕਸ਼ਨ ਇੰਡੀਆ ਟੀਮ ਲਈ ਹੋ ਚੁੱਕੀ ਸੀ ਤਾਂ ਬਿਲਕੁਲ ਮੌਕੇ 'ਤੇ ਆ ਕੇ ਉਹਨਾਂ ਦੀ ਥਾਂ 'ਤੇ ਕਿਸੇ ਸਿਫਾਰਸ਼ੀ ਨੂੰ ਟੀਮ ਦੇ ਵਿੱਚ ਪਾ ਲਿਆ ਗਿਆ ਸੀ, ਅਤੇ ਉਹਨਾਂ ਨੂੰ ਉਮਰ ਘੱਟ ਹੋਣ ਦਾ ਕਾਰਨ ਦੇ ਕੇ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਮਗਰੋਂ ਉਹਨਾਂ ਨੇ ਸਿੰਗਿੰਗ ਨੂੰ ਆਪਣਾ ਪ੍ਰੋਫੈਸ਼ਨ ਚੁਣਿਆ। ਹੁਣ ਗੱਲ ਕਰਦੇ ਹਾਂ ਸਤਵਿੰਦਰ ਬਿੱਟੀ ਦੇ ਪ੍ਰੋਫੈਸ਼ਨਲ ਸਿੰਗਰ ਬਣਨ ਬਾਰੇ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਹੋਕੀ ਤੋਂ ਬਾਅਦ ਸਿੰਗਿੰਗ ਨੂੰ ਆਪਣਾ ਕਰੀਅਰ ਚੁਣਿਆ, ਤਾਂ ਦੋਸਤੋ ਉਹਨਾਂ ਦੀ ਪਹਿਲੀ ਐਲਬਮ ਸੀ ਪੂਰੇ ਦੀ ਹਵਾ, ਪਰ ਇਸ ਐਲਬਮ ਨੂੰ ਲੋਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਇਸ ਐਲਬਮ ਤੋਂ ਬਾਅਦ ਸਤਵਿੰਦਰ ਬਿੱਟੀ ਦੀ ਅਗਲੀ ਐਲਬਮ ਆਈ ਜਿਸ ਦਾ ਨਾਮ ਸੀ ਇੱਕ ਵਾਰੀ ਹੱਸ ਕੇ, ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਦੀ ਪਹਿਚਾਣ ਬਣਨੀ ਸ਼ੁਰੂ ਹੋਈ। ਸਤਵਿੰਦਰ ਬਿੱਟੀ ਹੁਣ ਤੱਕ 20 ਤੋਂ ਵੀ ਵੱਧ ਐਲਬਮਸ ਕਰ ਚੁੱਕੇ ਨੇ, ਜਿਵੇਂ ਕਿ ਪੂਰੇ ਦੀ ਹਵਾ, ਇੱਕ ਵਾਰੀ ਹੱਸ ਕੇ, ਨੱਚਦੀ ਦੇ ਸਿਰੋਂ ਪਤਾਸੇ, ਚਾਂਦੀ ਦੀਆਂ ਝਾਂਜਰਾਂ, ਨੱਚਣਾ ਪਟੋਲਾ ਬਣ ਕੇ, ਦਿਲ ਦੇ ਮਰੀਜ਼, ਗਿੱਧੇ 'ਚ ਗੁਲਾਬੋ ਨੱਚਦੀ, ਮਰ ਗਏ ਤੇਰੇ 'ਤੇ, ਮੈਂ ਨਹੀਂ ਮੰਗਣਾ ਕਰਾਉਣਾ, ਨੱਚਦੀ ਮੈਂ ਨੱਚਦੀ, ਪਰਦੇਸੀ ਢੋਲਾ, ਸਬਰ, ਖੰਡ ਦਾ ਖੇਡਣਾ ਅਤੇ ਵੇ ਸੱਜਣਾ, ਇਹਨਾਂ ਵਿੱਚੋਂ ਉਹਨਾਂ ਦੀਆਂ 5 ਧਾਰਮਿਕ ਐਲਬਮਸ ਵੀ ਆ ਚੁੱਕੀਆਂ ਨੇ, ਜਿਨ੍ਹਾਂ ਦਾ ਨਾਮ ਹੈ ਧਨ ਤੇਰੀ ਸਿੱਖੀ, ਰੂਹਾਂ ਰੱਬ ਦੀਆਂ, ਨਿਸ਼ਾਨ ਖਾਲਸੇ ਦੇ, ਮਾਏ ਨਹੀਂ ਮੈਂ ਸਿੰਘ ਸਾਜਣਾ, ਸਿੱਖੀ ਖੰਡਿਓ ਤਿੱਖੀ। ਬਿੱਟੀ ਜੀ ਦੀ ਇਹ ਸਾਰੀਆਂ ਐਲਬਮ ਸੁਪਰਹਿੱਟ ਰਹੀਆਂ ਨੇ। ਇਹਨਾਂ ਤੋਂ ਇਲਾਵਾ ਬਿੱਟੀ ਜੀ ਦੇ ਕੁਝ ਗਾਣੇ ਅੱਜ ਵੀ ਸੁਣੋ ਤਾਂ ਨਵੇਂ ਲੱਗਦੇ ਨੇ, ਜਿਵੇਂ ਕਿ ਨੱਚਦੀ ਦੇ ਸਿਰ ਤੋਂ ਪਤਾਸੇ ਅਤੇ ਮੇਰੇ ਦਿਲ ਦੀ ਛਤਰੀ 'ਤੇ ਬਹਿ ਗਿਆ ਇੱਕ ਕਬੂਤਰ ਚੀਨਾ। ਦੋਸਤੋ, ਹੁਣ ਗੱਲ ਕਰਦੇ ਹਾਂ ਸਤਵਿੰਦਰ ਬਿੱਟੀ ਜੀ ਦੀ ਪਰਸਨਲ ਲਾਈਫ ਬਾਰੇ। 8 ਮਾਰਚ 2007 ਦੇ ਵਿੱਚ ਬਿੱਟੀ ਜੀ ਦਾ ਵਿਆਹ ਅਮੈਰੀਕਾ ਦੇ ਸਿਟੀਜ਼ਨ ਕੁਲਰਾਜ ਗਰੇਵਾਲ ਨਾਲ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ ਜਿਸ ਦਾ ਨਾਮ ਹੈ ਯੁਵਰਾਜ ਸਿੰਘ ਗਰੇਵਾਲ। ਸਤਵਿੰਦਰ ਬਿੱਟੀ ਅੱਜ ਕੱਲ੍ਹ ਕੁਝ ਸਮਾਂ ਇੰਡੀਆ ਵਿੱਚ ਰਹਿੰਦੇ ਨੇ ਅਤੇ ਕੁਝ ਸਮਾਂ ਅਮੈਰੀਕਾ ਦੇ ਵਿੱਚ। ਜੇ ਗੱਲ ਕਰੀਏ ਬਿੱਟੀ ਜੀ ਦੇ ਰਾਜਨੀਤਿਕ ਸਫ਼ਰ ਦੀ, ਤਾਂ ਜੂਨ 2016 ਦੇ ਵਿੱਚ ਬਿੱਟੀ ਜੀ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸਹੁਰਾ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਨਾਲ ਜੁੜਿਆ ਹੋਇਆ ਹੈ, ਅਤੇ ਉਹਨਾਂ ਦੇ ਦਿਲ ਵਿੱਚ ਵੀ ਆਪਣੀ ਕੌਮ ਅਤੇ ਆਪਣੇ ਦੇਸ਼ ਲਈ ਹਮੇਸ਼ਾ ਤੋਂ ਕੁਝ ਕਰਨ ਲਈ ਇੱਛਾ ਰਹੀ, ਜਿਸ ਕਾਰਨ ਉਹਨਾਂ ਦੇ ਸਹੁਰੇ ਪਰਿਵਾਰ ਨੇ ਉਹਨਾਂ ਨੂੰ ਇਹ ਮੌਕਾ ਦਿੱਤਾ। ਦੋਸਤੋ, ਹੁਣ ਗੱਲ ਕਰਦੇ ਹਾਂ ਉਹਨਾਂ ਬਾਰੇ ਕੁਝ ਫੈਕਟਸ ਦੀ।
ਸਤਵਿੰਦਰ ਬਿੱਟੀ ਜਿਸ ਸਮੇਂ ਹਾਕੀ ਖੇਡਦੇ ਸੀ ਤਾਂ ਉਸ ਸਮੇਂ ਉਹਨਾਂ ਨੂੰ ਵਧੀਆ ਸਪੋਰਟਸਮੈਨ ਹੋਣ ਦੇ ਤੌਰ 'ਤੇ ਪੰਜਾਬ ਦੇ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਨੌਕਰੀ ਵੀ ਮਿਲੀ ਸੀ। ਉੱਥੇ ਉਹਨਾਂ ਨੇ ਕਾਫੀ ਸਾਲ ਕੰਮ ਕੀਤਾ, ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਸਿੰਗਿੰਗ ਨੂੰ ਆਪਣਾ ਪ੍ਰੋਫੈਸ਼ਨ ਬਣਾ ਲਿਆ ਤਾਂ ਉਹਨਾਂ ਨੇ ਉਸ ਜੋਬ ਨੂੰ ਛੱਡ ਦਿੱਤਾ ਸੀ। ਬਿੱਟੀ ਜੀ ਪੰਜਾਬ ਦੇ ਮਸ਼ਹੂਰ ਸਿੰਗਿੰਗ ਕੰਪੀਟੀਸ਼ਨ ਸ਼ੋਅ ਆਵਾਜ਼ ਪੰਜਾਬ ਦੀ ਸਾਲ 2011 ਦੇ ਵਿੱਚ ਐਜ਼ ਅ ਜੱਜ ਵੀ ਰਹਿ ਚੁੱਕੇ ਨੇ। ਦੋਸਤੋ, ਤੁਹਾਨੂੰ ਦੱਸਣਾ ਚਾਹੂੰਗਾ ਕਿ ਫਰਵਰੀ 2011 ਦੇ ਵਿੱਚ ਬਿੱਟੀ ਜੀ ਨਾਲ ਇੱਕ ਬਹੁਤ ਹੀ ਬੜਾ ਸੜਕ ਹਾਦਸਾ ਹੋਇਆ ਸੀ। ਬਿੱਟੀ ਜੀ ਪਿੰਡ ਭਾਗੋ ਮਾਜਰਾ ਤੋਂ ਪਟਿਆਲਾ ਜਾ ਰਹੇ ਸੀ ਅਤੇ ਰਸਤੇ ਵਿੱਚ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ। ਇਸ ਵਿੱਚ ਉਹਨਾਂ ਦੇ ਕਾਫੀ ਸੱਟਾਂ ਵੀ ਲੱਗੀਆਂ ਸੀ, ਪਰ ਉਹਨਾਂ ਦੇ ਨੇਕ ਕੰਮਾਂ ਨੇ ਉਹਨਾਂ ਨੂੰ ਬਚਾ ਲਿਆ ਅਤੇ ਕੁਝ ਸਮਾਂ ਬਿਸਤਰੇ 'ਤੇ ਰਹਿਣ ਮਗਰੋਂ ਉਹ ਠੀਕ ਵੀ ਹੋ ਗਏ। ਦੋਸਤੋ, ਅਸੀਂ ਇਹੀ ਚਾਹੁੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਸਤਵਿੰਦਰ ਬਿੱਟੀ ਜੀ ਇਸੇ ਤਰ੍ਹਾਂ ਹਮੇਸ਼ਾ ਖੁਸ਼ ਰਹਿਣ ਅਤੇ ਆਪਣੇ ਚਾਹੁਣ ਵਾਲੇ ਸਰੋਤਿਆਂ ਲਈ ਇਸੇ ਤਰ੍ਹਾਂ ਉਹ ਸੋਹਣੇ ਸੋਹਣੇ ਗੀਤ ਗਾਉਂਦੇ ਰਹਿਣ। ਸੋ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਸਤਵਿੰਦਰ ਬਿੱਟੀ ਬਾਰੇ ਜਾਣਕਾਰੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਣੀ ਹੈ। ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿੰਨੇ ਵੀ ਸਤਵਿੰਦਰ ਬਿੱਟੀ ਜੀ ਦੇ ਫੈਨਸ ਨੇ ਅਤੇ ਉਹਨਾਂ ਦੇ ਚਾਹੁਣ ਵਾਲੇ ਨੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ ਅਤੇ ਬਿੱਟੀ ਜੀ ਨੂੰ ਕਮੈਂਟਸ ਰਾਹੀਂ ਆਪਣਾ ਪਿਆਰ ਜ਼ਰੂਰ ਦੇਣ ਤਾਂ ਜੋ ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਅਤੇ ਦੋਸਤੋ, ਐਵੇਂ ਦੀ ਇੰਟਰਸਟਿੰਗ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਮੂਵੀਜ਼ ਅੱਡਾ ਚੈਨਲ ਦੇ ਨਾਲ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਕਲਾਕਾਰ ਬਾਰੇ ਜਾਣਕਾਰੀ ਦੇ ਨਾਲ। ਇਸੇ ਤਰ੍ਹਾਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਨੂੰ ਪ੍ਰੈਸ ਕਰੋ।